ਆਏ ਦਿਨ ਕਤਲੋ ਗਾਰਤ ਵਰਗੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਨੇ ਤੇ ਹੁਣ ਇੱਕ ਨਵਾਂ ਮਾਮਲਾ ਸਾਹਮਣੇ ਆਇਆ ਜਦੋਂ ਪਤਨੀ ਨੂੰ ਆਪਣੇ ਪਤੀ ਦੇ ਨਜਾਇਜ਼ ਸਬੰਧਾਂ ਦਾ ਪਤਾ ਲੱਗ ਗਿਆ ਤੇ ਜਦੋਂ ਉਹ ਆਪਣੇ ਪਤੀ ਨੂੰ ਅਜਿਹਾ ਕਰਨ ਤੋਂ ਰੋਕਦੀ ਹੈ ਤਾਂ ਪਤੀ ਨੇ ਉਸਦਾ ਲੋਹੇ ਦੀ ਰੋਡ ਸਿਰ ਦੇ ਵਿੱਚ ਮਾਰ ਕੇ ਉਸਦਾ ਸਿਰ ਹੀ ਪਾੜ ਦਿੱਤਾ। ਇਹ ਸਾਰੀ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋ ਗਈ। ਤਸਵੀਰਾਂ 'ਚ ਵੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਇਹ ਵਿਅਕਤੀ ਆਪਣੀ ਪਤਨੀ ਦੇ ਪਿੱਛੇ ਗਲੀ ਦੇ ਵਿੱਚ ਲੋਹੇ ਦੀ ਰੋਡ ਲੈ ਕੇ ਭੱਜਦਾ ਨਜ਼ਰ ਆਉਂਦਾ ਹੈ ਅਤੇ ਪਤਨੀ ਆਪਣਾ ਬਚਾਅ ਕਰਦੇ ਹੋਏ ਗਵਾਂਢੀਆਂ ਦੇ ਘਰ ਦੇ ਵਿੱਚ ਜਾ ਵੜਦੀ ਹੈ ਅਤੇ ਉਹ ਗੇਟ ਦੇ ਅੰਦਰ ਵੀ ਦਾਖਲ ਹੋ ਜਾਂਦਾ ਹੈ ਅਤੇ ਜਦੋਂ ਔਰਤ ਘਰ ਤੋਂ ਬਾਹਰ ਆਉਂਦੀ ਹੈ ਤਾਂ ਉਸਨੂੰ ਗਲੀ 'ਚ ਬੇਰਹਿਮੀ ਨਾਲ ਕੁੱਟਦਾ ਅਤੇ ਲੋਹੇ ਦੀ ਰੋਡ ਮਾਰ ਕੇ ਉਸਦਾ ਸਿਰ ਪਾੜ ਦਿੰਦਾ। ਔਰਤ ਦੀਆਂ ਚੀਕਾਂ ਸੁਣ ਕੇ ਲੋਕ ਵੀ ਘਰਾਂ ਤੋਂ ਬਾਹਰ ਨਿਕਲ ਆਏ ਪਰ ਔਰਤ ਨੂੰ ਕਿਸੇ ਵੱਲੋਂ ਵੀ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ ਗਈ। ਇਹ ਸਾਰੀ ਘਟਨਾ ਗਲੀ 'ਚ ਲੱਗੇ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ। ਤਸਵੀਰਾਂ 'ਚ ਵੇਖਿਆ ਜਾ ਸਕਦਾ ਹੈ ਕਿ ਵਿਅਕਤੀ ਦਾ ਗੁੱਸਾ ਇਸ ਕਦਰ ਸਿਰ ਨੂੰ ਚੜਿਆ ਹੋਇਆ ਸੀ ਕਿ ਉਹ ਆਪਣੀ ਪਤਨੀ ਦਾ ਕਤਲ ਵੀ ਕਰ ਸਕਦਾ ਸੀ। ਜ਼ਖਮੀ ਹਾਲਤ ਦੇ ਵਿੱਚ ਮਹਿਲਾ ਨੂੰ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਦੇ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ। ਪੁਲਿਸ ਪ੍ਰਸ਼ਾਸਨ ਵੱਲੋਂ ਅਜੇ ਤੱਕ ਪਤੀ ਦੇ ਖਿਲਾਫ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਪਤਨੀ ਨੇ ਪੁਲਿਸ ਪ੍ਰਸ਼ਾਸਨ ਤੋਂ ਗੁਹਾਰ ਲਗਾਈ ਹੈ ਕਿ ਮੇਰੇ ਪਤੀ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ ਤੇ ਉਸਨੂੰ ਬਣਦਾ ਇਨਸਾਫ ਦਿੱਤਾ ਜਾਵੇ। ਪੀੜਤ ਔਰਤ ਦਾ ਕਹਿਣਾ ਹੈ ਕਿ ਉਸਦਾ ਪਤੀ ਇੱਕ ਅਕੈਡਮੀ ਦੇ ਵਿੱਚ ਸਫਾਈ ਦਾ ਕੰਮ ਕਰਦਾ ਤੇ ਉਸਦੀ ਇੱਕ ਦੋਸਤ ਔਰਤ ਬਣ ਗਈ ਜਿਸ ਦੇ ਨਾਲ ਉਸਦੇ ਨਜਾਇਜ਼ ਸੰਬੰਧ ਨੇ ਅਤੇ ਉਸ ਔਰਤ ਨੂੰ ਉਸਨੇ ਆਪਣੇ ਘਰ ਦੇ ਵਿੱਚ ਵੀ ਲਿਆਉਣਾ ਸ਼ੁਰੂ ਕਰ ਦਿੱਤਾ ਜਿਸ ਕਾਰਨ ਉਸ ਵੱਲੋਂ ਵਿਰੋਧ ਕੀਤਾ ਗਿਆ ਤੇ ਉਸਨੂੰ ਹੀ ਹੁਣ ਜਾਨੋ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਉਹ ਜਨਾਨੀ ਰੱਖੀ ਹੈ ਵੀ ਪੀਐਨਸੀ ਰੁਦਰਾ ਅਕੈਡਮੀ 'ਚ ਕੰਮ ਕਰਦੇ ਸੀਗੇ ਝਾੜੂ ਪੋਚ, ਉਹ ਵੀ ਝਾੜੂ ਪੋਚਕ ਦੇ ਵੀ ਤੇ ਇਹਨਾਂ ਦੇ ਇਕੱਠਿਆਂ ਦੇ ਸੰਬੰਧ ਬਣ ਗਏ, ਬਹਿਣ ਉੱਠਣ ਇਕੱਠੇ ਲੱਗ ਗਏ, ਭੈਣ ਬਣਾ ਲਈ, ਭੈਣ ਤੋਂ ਨਿਰੰਨ ਬਣਾ ਲਈ, ਉਦੋਂ ਬਾਅਦ ਘਰੇ ਲਿਆਉਣ ਲਿਆ, ਘਰੇ ਗੰਦ ਕਰਨ ਲੱਗ ਗਿਆ, ਮੈਨੂੰ ਕੰਮ 'ਤੇ ਛੱਡਦਾ ਸੀ, ਬੱਚੇ ਕੰਮ 'ਤੇ ਛੱਡਦਾ ਸੀ, ਘਰੇ ਲੈਣ ਸ਼ਰੇਆਮ ਤੇ ਮੈਨੂੰ ਆਂਢ ਗੁਆਂਢ ਦੱਸਿਆ ਵੀ ਤੇਰਾ ਬੰਦਾ ਘਰੇ ਜਨਾਨੀ ਲਿਆਉਂਦਾ ਤੇ ਇੰਨੇ ਇੰਨੇ ਢਾਈ ਢਾਈ ਘੰਟੇ ਵਿੱਚ ਰੱਖਦਾ, ਡੇਢ ਬੂਹਾ ਲਾ ਲੈਂਦਾ ਤੇ ਵੀ ਇਸ ਤਰ੍ਹਾਂ ਲਿਆਉਂਦਾ ਸ਼ਰੇਆਮ। ਤੇ ਮੈਂ ਫਿਰ ਰੌਲਾ ਪਾਉਣ ਲੱਗ ਪਈ, ਲੜਾਈ ਕਰਨ ਲੱਗ ਪਈ। ਉਸ ਦਿਨ ਤੋਂ ਸਾਡੀ ਲੜਾਈ ਸ਼ੁਰੂ ਹੋ ਗਈ, ਢਾਈ ਸਾਲ ਹੋ ਗਏ ਸਾਡੀ ਲੜਾਈ 'ਚ, ਢਾਈ ਸਾਲ ਹੋ ਗਏ ਬੁੜੀ ਰੱਖੀ ਨੂੰ ਲੜਾਈ 'ਚ, ਉਹ ਢਾਈਆਂ ਸਾਲਾਂ ਤੋਂ ਮੈਨੂੰ ਕੁੱਟਦਾ ਮਾਰਦਾ, ਇਸ ਤਰ੍ਹਾਂ ਹੀ ਮੈਨੂੰ ਕੁੱਟਾਂ ਮਾਰਾ, ਐਵੇਂ ਸਿਰ ਪੜ ਅੱਗੇ ਪੰਜ ਟਾਂਕੇ ਲੱਗੇ ਸੀ, ਮੈਨੂੰ ਕੁੱਟਾਂ ਮਾਰੇ ਐਵੇਂ ਕਰਦਾ ਆਉਂਦਾ ਤੇ ਮੈਂ ਬਚਾ ਆ ਵੀ ਮੈਂ ਛਡਾ ਨਹੀਂ ਛੱਡਦਾ, ਕਹਿੰਦਾ ਉਹੀ ਰੱਖਾਂ ਮੈਂ ਅਮਨ ਬਿਨਾਂ ਬਚ ਨਹੀਂ ਸਕਦਾ, ਪੱਟੀਆਂ ਵਾਲੀ ਬਸਤੀ ਦੀ ਅਮਨ ਨਾ ਕੁੜੀ ਤਾਂ ਪੱਟੀਆਂ ਵਾਲੀ ਬਸਤੀ ਰਹਿਣ ਵਾਲੀ। ਹਮਲਾ ਕੀਤਾ ਉਹਨੂੰ ਮਿਲ ਕੇ ਆਇਆ, ਇਹਨੇ ਨਸ਼ਾ ਪੱਤਾ ਕੀਤਾ ਸੀ, ਫੁੱਲ ਕੈਪਸੂਲ ਘਰੋਂ ਮੇਰੇ ਸਾਹਮਣੇ ਖਾ ਤੇ ਗਿਆ, ਪੋਸਤ ਖਾ ਤੇ ਗਿਆ, ਸ਼ਰਾਬ ਰੱਜ ਕੇ ਪੀ ਤੇ ਗਿਆ, ਫਿਰ ਉੱਧਰੋਂ ਵੀ ਗੰਦ ਪਿੱਲ ਖਾ ਕੇ ਗੰਦ ਪਿੱਲ ਉਹਦੇ ਨਾਲ ਕਰਕੇ ਫਿਰ ਮੇਰੇ ਕੋਲ ਆਇਆ। ਫਿਰ ਆਉਂਦੇ ਨੂੰ ਮੈਂ ਕਿਹਾ ਮੈਨੂੰ ਕਹਿੰਦਾ ਮੈਂ ਆ ਗਿਆ ਹੈ ਤੇ ਮੈਨੂੰ ਆਪਦਾ ਰੋਟੀ ਦੇ, ਤੇ ਮੈਂ ਗੁੱਸੇ ਨਾਲ ਰੋਟੀ ਨਹੀਂ ਫੜਾਈ ਇਹਨਾਂ ਨੂੰ, ਰੋਟੀ ਨਹੀਂ ਮੈਂ ਫੜਾਈ ਤੇ ਮੈਂ ਆਪਦਾ ਝਾੜੂ ਲਾਏ ਜਾਂਦੀ, ਝਾੜੂ ਲਾਉਂਦਾ ਲਾਉਂਦਾ ਰੋਟੀ ਖਾਂਦਾ ਖਾਂਦਾ ਮੈਨੂੰ ਆਉਂਦਾ ਮੈਂ ਪੰਚਾਇਤ ਇਕੱਠੀ ਕਰਨੀ। ਮੈਂ ਕਿਸ ਗੱਲ ਤੋਂ ਕਰੇਗਾ ਪੰਚਾਇਤ ਇਕੱਠੀ, ਮੈਂ ਕਿਹਾ ਕਾਹਦੇ ਤੋਂ ਕਰੇਗਾ, ਕਹਿੰਦਾ ਤੂੰ ਮੈਨੂੰ ਨਜਾਇਜ਼ ਕਹਿੰਦੀ ਨਜਾਇਜ਼ ਕਹਿੰਦੀ, ਮੈਂ ਕਾਸ਼ ਨਜਾਇਜ਼ ਅੱਜ ਤੱਕ ਨਹੀਂ ਮੈਂ ਕਿਹਾ ਤੇ ਵੀ ਨਜਾਇਜ਼ ਨਹੀਂ ਮੈਂ ਕਦੇ ਕਿਹਾ ਵੀ ਇਹਨੇ ਮੈਨੂੰ ਨਾ ਰੋਟੀ ਖਾਂਦੇ ਖਾਂਦੇ ਪਲੇਟ ਮੇਰੇ ਸਿਰ 'ਚ ਮਾਰੀ ਤੇ ਮੈਂ ਭੱਜ ਕੇ ਇਹ ਕੋਠੇ 'ਤੇ ਗਿਆ ਰਾੜ ਲੈਣ, ਰਾੜ ਨੇ ਮੇਰੇ ਮਾਰਨ ਲਈ ਸਾਂਭ ਕੇ ਰੱਖਿਆ, ਤੇ ਕਾਪਾ ਕਿਰਪਾਨ ਮੇਰੇ ਬੈੱਡ ਦੇ ਗੱਦੇ ਦੇ ਥੱਲੇ ਰੱਖੇ ਹੋਏ ਨੇ। ਹਾਂਜੀ ਕਹਿੰਦਾ ਮੈਂ ਤੈਨੂੰ ਵੱਢਣਾ ਟੁੱਕਣਾ ਮਾਰਨਾ, ਇਸ਼ਕ ਦਾ ਭੂਤ ਸਵਾਰ ਏ, ਇਸ਼ਕ ਕਰਨਾ ਚਾਹੁੰਦਾ ਬਸ ਇਸ਼ਕ, ਇਸ਼ਕ ਨਾ ਆਉਂਦਾ ਬੇਟੀਆਂ ਹੋਵੇ ਨਾ ਇਹ ਹੋਵੇ ਨਾ ਬੇਟਾ ਹੋਵੇ, ਇੱਕ ਤਰਸ ਤਰਸ ਕੇ ਮੈਂ ਬੇਟਾ ਲਿਆ, ਨਾ ਬੇਟੇ ਦਾ ਬਣਦਾ ਨਾ ਬੇਟੀਆਂ ਦਾ ਬਣਦਾ ਨਾ ਮੇਰਾ ਬਣਦਾ, ਕਹਿੰਦਾ ਅਮਨ ਹੀ ਅਮਨ ਹੋਵੇ ਬਸ। ਹਾਂਜੀ
ਬੱਚੇ ਮੈਂ ਬੱਚਿਆਂ ਨੂੰ ਰਾਤ ਨੂੰ ਧਮਕੀ ਦਿੱਤੀ, ਬੱਚੇ ਮੈਂ ਘਰੋਂ ਕੱਢ ਬੈਠੀ, ਗਲਤੀ ਬੜੀ ਕਰ ਲਈ ਮੇਰੇ ਬੱਚਿਆਂ ਨੂੰ, ਮੈਂ ਕਲਾ ਬੈਠੀ ਤਾਊ ਕੋਲੇ, ਮੈਂ ਮਾਰ ਨਾ ਦੇਵੇ ਮੇਰੇ ਬੱਚਿਆਂ ਨਾ ਮਾਰ ਦੇ, ਮੈਂ ਭੱਜ ਜਾਂਗੀ। ਭੱਜਣ ਦੀ ਕੋਸ਼ਿਸ਼ ਕੀਤੀ, ਦਿਨੇ ਇਹਨੇ ਮੇਰੇ ਤੇ ਇੰਨਾ ਵੱਡਾ ਹਮਲਾ ਕਰ ਦਿੱਤਾ। ਫਿਰ ਇੱਕ ਦਿਨ ਆਈ ਲੈ ਕੇ ਆਇਆ, ਅੰਦਰ ਲੈ ਕੇ ਵੜਿਆ, ਬੈਠਾ ਡੇਢ ਘੰਟਾ ਹੋ ਗਿਆ, ਮੇਰਾ ਜੇਠ ਆਇਆ, ਜੇਠ ਨੇ ਅੰਦਰ ਮੌਕਾ ਵੇਖਿਆ, ਅੰਦਰ ਚੁੰਨੀ ਹੁੰਦੀ ਪਈ ਸੀ, ਉਹਦਾ ਪਰਸ ਪਿਆ ਸੀ ਅੰਦਰ, ਭਰਾ ਅੰਦਰ ਲੈ ਕੇ ਮੇਰੇ ਘਰ ਵੱਲੋਂ ਜਨਾਨੀ ਨੂੰ ਸੁੱਤਾ ਪਿਆ ਸੀ ਮੇਰੇ ਕਮਰੇ 'ਚ, ਅਤੇ ਜਨਾਨੀ ਨੂੰ ਲੈ ਕੇ ਸੁੱਤਾ ਪਿਆ ਸੀ ਕਮਰੇ ਦੇ ਵਿੱਚ, ਪੁਰਾਣੇ ਬੂਹਾ ਖਿਲਾਇਆ, ਅੰਦਰ ਵਾੜਿਆ, ਅਤੇ ਜਦੋਂ ਉਹ ਜਨਾਨੀ ਨੂੰ ਮਿਲ ਜੁੜ ਕੇ ਬਾਹਰ ਨਿਕਲਿਆ, ਫਿਰ ਉਹਨੇ ਉਸ 'ਚ ਕਮਰੇ 'ਚ ਮੇਰੇ ਕਮਰੇ ਦਾ ਜੰਦਰਾ ਲਾ ਤਾ, ਜੰਦਰਾ ਲਾ ਕੇ ਬਾਹਰ ਨਿਕਲਿਆ, ਫਿਰ ਅੱਜ ਭਰਾਣਾ ਦੇ ਜਲਦੀ ਜਾ ਜਲਦੀ ਜਾ, ਭਰਾ ਨੂੰ ਸਾਰਾ ਪਤਾ ਲੱਗ ਗਿਆ ਸੀ ਅੰਦਰ ਜਨਾਨੀ ਰੱਖੀ, ਵੀ ਅੰਦਰ ਪਰਸ ਓਪਰਾ ਪਿਆ ਹੈ, ਮੋਬਾਇਲ ਉਹ ਪਿਆ ਹੈ, ਚੁੰਨੀ ਆਉਂਦੀ ਪਈ ਹੈ। ਮੇਰੀ ਬੇਟੀ ਨੇ ਦੱਸ ਵੀ ਦਿੱਤਾ, ਜਿਹੜੀ ਮੇਰੇ ਪਾਪਾ ਨੇ ਅਕੈਡਮੀ 'ਚ ਕੰਮ ਕਰਦੀ, ਪਾਪਾ ਜੀ ਉਹ ਜਨਾਨੀ ਹੈ, ਅਤੇ ਇਹਨਾਂ ਨੇ ਫਿਰ ਵੀ ਨਹੀਂ, ਮੇਰੇ ਜੇਠ ਨੇ ਕੇਅਰ ਕੀਤੀ, ਇਹਨਾਂ ਨੇ ਇਹ ਨਹੀਂ ਕਿਹਾ ਵੀ ਅਸੀਂ ਕੁੱਟ ਗਏ ਮਾਰ ਗਏ, ਉਸੇ ਟਾਈਮ ਫੜ ਗਏ ਕੁਲਵਿੰਦਰ ਘਰੇ ਨੇ, ਪਹਿਲਾਂ ਹੀ ਮੌਕਾ ਸੰਭਾਲਿਆ। ਇਹ ਗੱਲਾਂ ਨਹੀਂ ਤਾਂ ਇੱਥੋਂ ਤੱਕ ਮੈਂ ਨੌਬਤ ਨਹੀਂ ਸੀ ਆਉਣੀ, ਜੇ ਇਹਦਾ ਪਰਿਵਾਰ ਇਹਦੇ ਉੱਤੇ। ਹਾਂਜੀ ਹਾਂਜੀ ਹਾਂਜੀ, ਮੈਨੂੰ ਰਾਤ ਵੀ ਉਹਨੇ ਉਹ ਕਿਹਾ ਸੀ ਵੀ ਮੈਂ ਤੈਨੂੰ ਮਾਰ ਦੇਣਾ ਫੌਜੀ, ਦਿਨੇ ਵੀ ਮੈਨੂੰ ਕਹਿੰਦਾ ਮਾਰ ਦੇਣਾ, ਫਿਰ ਕਹਿੰਦਾ ਲੈ ਅੱਜ ਤੇਰਾ ਤਾਂ ਕੰਮ ਕਰ ਹੀ ਦੇਣਾ, ਤੈਨੂੰ ਨਹੀਂ ਛੱਡਣਾ ਮੈਨੂੰ ਜਦੋਂ ਰਾੜ ਚੱਕ। ਹਾਂਜੀ ਹਾਂਜੀ, ਮੈਂ ਬਚਾਅ ਕਰਨ ਲਈ ਕਿਸੇ ਦੇ ਘਰੇ ਗਈ, ਉੱਥੇ ਮੈਨੂੰ ਰਾੜਾ ਮਾਰ ਮਾਰ ਸਿਰ ਪੜਦੇ, ਫਿਰ ਮੈਂ ਉਹਨੂੰ ਕਿਹਾ ਕਾਸ਼ ਮੈਨੂੰ ਨਾ ਮਾਰ, ਵੇਖੋ ਮੇਰੇ ਖੂਨ, ਵੇਖੋ ਮੇਰੇ ਖੂਨ, ਇਹਨੇ ਮੈਨੂੰ ਫਿਰ ਵੀ ਨਾ ਲੋਕਾਂ ਨੇ ਨਹੀਂ ਛੱਡਾ। ਫਿਰ ਮੈਨੂੰ ਕਹਿੰਦਾ ਕਿ ਮਾਸੀ ਸੱਸ ਘਰੇ ਮਿਲਾਉਂਦੀ, ਪੈਸੇ ਲੈਂਦੀ ਮੇਰੇ ਘਰ ਵਾਲੇ ਤੋਂ, 1500 ਰੁਪਈਆ ਲੈਂਦੀ ਸੀ, ਬਾਹਰ ਆਪ ਬਹਿੰਦੀ ਸੀ ਬੂਹੇ ਕੇ, ਅੰਦਰ ਇਹਨਾਂ ਨੂੰ ਵਾੜ ਦਿੰਦੀ ਸੀ, ਮਿਲਾਉਂਦੀ ਸੀ। ਸੱਸ ਮੇਰੀ ਇਹਦੇ ਨਾਲ ਸਹਿਮਤ ਸੀ, ਕਹਿੰਦੀ ਕੋਈ ਗੱਲ ਨਹੀਂ ਪੁੱਤ ਤੂੰ ਇਹ ਮਾਰ ਵੀ ਜਾ ਕੇ, ਤੈਨੂੰ ਨਵੀਂ ਲਿਆ ਦਾਂਗੇ। ਹਾਂਜੀ, ਕਾਰਵਾਈ ਜਿੰਨੀ ਵੀ ਸਖਤ ਤੋਂ ਸਖਤ ਹੋ ਸਕੇ ਉਨੀ। ਮੇਰੀ ਲੜਕੀ ਵਿਆਹ ਇਹਦਾ ਆਪਣੇ ਆਪਦੇ ਘਰੇ ਕੀਤਾ, ਇਹਨਾਂ ਦਾ ਵਧੀਆ ਵਿਆਹ ਕੀਤਾ, ਸਾਰੇ ਭੈਣਾਂ ਭਰਾਵਾਂ ਨਾਲ, ਛੋਟੀ ਚਾਵਾਂ ਚਵਿੰਦਾ ਨਾਲ ਵਿਆਹ ਕੀਤਾ। ਕੁੱਟਮਾਰ ਇਹਦਾ ਘਰ ਵਾਲਾ ਕਰਦਾ, ਉਹਨੇ ਗੈਰ ਜਨਾਨੀ ਰੱਖੀ ਹੋਈ ਹੈ, ਆਸ਼ਕੀ ਦੇ ਵਿੱਚ ਭੂਤ ਨੇ, ਤੇ ਉਹ ਸਿਰ 'ਚ ਮਾਰ ਮਾਰ ਤੇ ਮੇਰੀ ਧੀ ਨੂੰ ਮਾਰਦਾ, ਆਂਦਾ ਜਾਨੂੰ ਮਾਰ ਦੇਣਾ, ਛੱਡਣਾ ਨਹੀਂ ਦਾ, ਇਹਨੂੰ ਨਹੀਂ ਛੱਡਣਾ, ਇਹਦੀ ਮਾਂ ਘਰ ਵਿਚਾੜਦੀ, ਇਹਦੇ ਭਰਾ ਘਰ ਵਿਚਾੜਦੇ, ਆਂਦਾ ਤਲਾਕ ਲੈਣਾ। ਹਾਂ, ਬਹੁਤ ਬੇਰਾਮੀ ਨਾਲ, ਬਹੁਤ। ਇੱਕ ਦਿਨ ਉਹਨੇ ਪੂਰਾ ਰੈਂਬੋ ਏਡਾ ਵੱਡਾ ਮੇਰੇ ਜਿੱਡਾ ਤੋੜਿਆ ਉੱਤੇ। ਹਾਂ, ਜਦੋਂ ਜੀ ਕਰਦਾ। ਹਾਂ, ਉਹਦੇ ਪਿੱਛੇ ਜੀ। ਹਾਂ, ਸਿਰ ਤੇ ਚਾੜਿਆ ਆ, ਉਦੋਂ ਬਾਅਦ ਫਿਰ ਭੱਜ ਤੇ ਥੋੜਾ ਜਾ ਦੂਰ ਜਾ ਤੇ ਕਿਸੇ ਦੇ ਘਰੇ ਵੜੀ ਹੈ, ਬੂਹਾ ਨਹੀਂ ਇਹਦੇ ਤੋਂ ਪੂਰਾ ਟੁੱਕਿਆ, ਤੇ ਇਹਨੇ ਬੂਹਾ ਖਿੱਚ ਖਿੱਚ ਤੇ ਤੋੜਤੇ ਤੇ ਅੰਦਰ ਵੜ ਗਿਆ ਉਹਨਾਂ ਦੇ, ਤੇ ਅੰਦਰ ਗੁੱਠ ਚ ਲੱਗੀ ਪਈ ਵੀ ਚੱਲ ਮੈਂ ਗੁੱਠ ਚ ਲੱਗ ਜਾਨੀ ਖਰੇ ਨਾ, ਉੱਥੇ ਰਾੜਾ ਮਾਰ ਮਾਰ ਤੇ ਇਹਦਾ ਸਿਰ ਪਾੜ ਦਿੱਤਾ, ਤੇ ਕੀਤੀ ਜਾਂਦੀ ਕਾਸ਼ ਨਾ ਮਾਰ ਮੈਨੂੰ ਨਾ ਮਾਰ, ਇਹਨੇ ਨਹੀਂ ਮੁੰਡੇ ਨੇ ਛੱਡਿਆ। ਫਿਰ ਬਾਹਰ ਭੱਜ ਤੇ ਆ ਗਈ, ਫਿਰ ਬਾਹਰ ਮਾਰੀ ਜਾਂਦਾ, ਵੇਖੋ ਬਾਹਾਂ ਵੇਖੋ ਇਹਦੀਆਂ, ਅੱਲ ਪੇਟ ਵੇਖੋ, ਢੋਈ ਵੇਖੋ, ਐ ਨੀਲੋ ਨੀਲ ਤੇ ਐਡ ਐਡ ਗਚਲੇ ਬਣੇ ਪਏ। ਹਾਂਜੀ, ਇਹਦੇ ਚ ਇਹੋ ਜਿਹਾ ਹੀ ਹੋ ਗਿਆ, ਤੇ ਜਦੋਂ ਆਸ਼ਕੀ ਤੇ ਭੂਤ ਹੀ ਹੋਵਣੇ, ਆਸ਼ਕੀ ਤੇ ਭੂਤ ਵੜਦੇ, ਉਹ ਆਂਦਾ ਛੱਡਣਾ ਨਹੀਂ ਤਾਂ ਜੋ ਮਰਜ਼ੀ ਹੋ ਜਾਏ। ਹਾਂ, ਨਹੀਂ ਛਡਾਇਆ, ਨਹੀਂ ਛਡਾਇਆ ਕਿਸੇ ਵੀ ਡਰ। ਹਾਂ ਹਾਂਜੀ, ਸਾਰਾ ਕੁਛ ਆਇਆ। ਹਾਂ, ਉਹਨਾਂ ਨੂੰ ਆਂਦਾ ਹੈ ਤੁਸੀਂ ਇਹਦੀ ਪੱਖਦਾਰੀ ਕਰਦੇ ਜੇ, ਤੁਹਾਨੂੰ ਵੀ ਨਾਲ ਰੱਖਾਂ, ਤਾਂ ਉਹਨਾਂ ਡਰਦਿਆ ਕਿਸੇ ਨੇ ਹੱਥ ਲਾਇਆ, ਕੋਲੇ ਤੁਰੇ ਫਿਰਦੇ ਨੇ ਅੱਡ ਅੱਡ ਵੱਡੇ ਜਵਾਨ ਮੁੰਡੇ ਨੇ। ਹਾਂਜੀ, ਨਹੀਂ ਹੋਈ ਕਾਰਵਾਈ, ਨਹੀਂ ਕੀਤੀ, ਸਾਡਾ ਕੁਛ ਬਣਦਾ ਹੀ ਨਹੀਂ ਪਿਆ।